जो मैं जाने वही गलत है। सोई अजान कहे मैं जानदा, जिहड़ा कहंदा मैं जानदा वही तो जानदा, वही तो गलत है। ये तो जानदा ही कुछ नहीं। वो कहंदा मैं तो गलती हुई है, गलती तो हुई नहीं। ये कहंदा मैं पुन्न कीता, पुन्न नहीं कीता। ये कहंदा मैं पाप कीता, पाप नहीं कीता। ये तो फिर यही जानदा। ये कहंदा मेरा इस बंदे नुकसान कीता, नुकसान नहीं कीता। ਇਹ ਤਾਂ ਇਹੀ ਜਾਣਦਾ ਨਾ, ਜਿਹੜਾ ਇੱਥੇ ਤੱਕ ਜਾਣਦਾ ਉਹ ਹੁਣ ਜਾਣਦਾ ਕੁਝ ਵੀ ਨਹੀਂ ਜਾਣਦਾ। ਜਾਣਨਹਾਰ ਤੂੰ ਨਹੀਂ ਹੈ। ਜਾਣਨਹਾਰ ਰਾਜਾ ਰਾਮ ਦੀ ਕਹਾਣੀ ਨੂੰ ਜਾਣਨਹਾਰ ਜਿਹੜਾ ਹੈਗਾ ਉਹ ਪ੍ਰਭੂ ਪ੍ਰਵੀਰ ਹੈ। ਜਾਣਨਹਾਰ ਪ੍ਰਭੂ ਪ੍ਰਵੀਰ, ਜਾਣਨਹਾਰ ਮੈਂ ਛਾਨਣਾ ਹੈ। ਉਹ ਤਾਂ ਤੈਨੂੰ ਖੋਜਣਾ ਪਊਗਾ ਜਾਣਨਹਾਰ। ਬਾਹਰ ਭੇਖ ਉਹਦਾ ਤਾਂ ਦੇਹ ਹੁੰਦੀ, ਉਹਦੀ ਬਾਹਰ ਭੇਖ ਹੁੰਦਾ ਹੀ ਨਹੀਂ। ਨਾ ਕਹੂੰ ਵੀ ਅਸਲ ਇਹ ਪੁਆਇੰਟ ਤੇ ਆ ਕੇ ਵੈਰ ਵਿਰੋਧ ਮਿਟਦਾ ਕਿੱਥੇ ਆ ਕੇ। ਜਿੰਨਾ ਚਿਰ ਇੱਥੇ ਨਾ ਖੜੋ ਉਹਨਾਂ ਦੇ ਵੈਰ ਵਿਰੋਧ ਮਿਟ ਨਹੀਂ ਸਕਦੇ। ਉਹਨਾਂ ਦੇ ਦੂਜਾ ਕਰਦਾ ਦਿਸੂਗਾ। ਹਾਂ, ਜੋ ਸਾਨੂੰ ਦਿਸ ਰਿਹਾ ਇਹ ਗਲਤ ਹੈ। ਇਤਿਹਾਸ ਸਾਰਾ ਇੱਥੋਂ ਰੱਦ ਹੋ ਗਿਆ, ਜਿਹਦੇ ਬਿਨਾਂ ਸਰਦਾ ਨਹੀਂ। ਹੋ ਗਿਆ ਨਾ ਰੱਦ, ਇਤਿਹਾਸ ਤਾਂ ਰਿਹਾ ਹੀ ਨਾ। ਇੱਥੇ ਕਿਵੇਂ ਰਹਿ ਗਿਆ? ਅੱਜ ਉਹ ਤਾਂ ਕਹਿ ਰਿਹਾ ਤੇਰਾ ਕੀ ਆ ਮਿੱਠਾ ਲਾ ਕੇ। ਦਸਮ ਪਾਤਸ਼ਾਹ ਕਹਿ ਕੇ ਵੀ ਭਈ ਜੀਤ ਮੇਰੀ ਨਾਲ ਕਿਰਪਾ ਕਾਲ ਕਰੀ ਕਹਿੰਦੇ ਜਿਹਦੀ ਗੱਲ। ਇਹ ਕੌਣ ਲਿਖ ਦੂਗਾ? ਕਿਤੇ ਮੈਨੂੰ ਹਿਸਟਰੀ ਦੇ ਵਿੱਚ, ਮਹਾਭਾਰਤ ਵਿੱਚ, ਕਿਤੇ ਰਮਾਇਣ ਵਿੱਚ ਕਿਤੇ ਲਿਖਿਆ ਹੋਇਆ ਲਿਖਾ ਦਿਓ ਤੇਰੀ ਕਿਰਪਾ ਕਿ ਜਿੱਤ ਤਾਂ ਮੇਰੀ ਹੋਈ ਪਰ ਉਹਦੀ ਕਿਰਪਾ ਨੂੰ ਕਿਤੇ ਲਿਖੋ। ਰਮਾਇਣ ਕਿਤੇ ਨਹੀਂ, ਕਿਤੇ ਨਹੀਂ, ਮਹਾਭਾਰਤ ਕਿਤੇ ਆਈ ਨਹੀਂ। ਦੁਨੀਆ ਦੀ ਕਿਸੇ ਨਾਲ ਕਿਸੇ ਵਿਦਵਾਨ ਦੀ ਗੱਲ ਨਹੀਂ ਲਿਖੀ। ਇਹ ਫਿਰ ਦਸਮ ਪਾਤਸ਼ਾਹ ਦੀ ਉਹ ਲਿਖੀ ਹੋਈ ਹੈ। ਵਿਦਵਾਨ ਤਾਂ ਇਹ ਲਿਖ ਰਹੀ ਨੂੰ ਤਾਂ ਆਦਤ ਨਹੀਂ ਹੈ। ਇਹ ਗੱਲ ਆਪਣੇ ਆਪ 'ਚ ਸਬੂਤ ਹੈ। ਕੋਈ ਜੀਤ ਮੇਰੀ ਕਿਰਪਾ ਕਾਲ ਤੇਰੀ ਕਿ ਇਹ ਦਸਮ ਪਾਤਸ਼ਾਹ ਦੀ ਲਿਖੀ ਹੋਈ ਹੈ। ਇਹ ਆਪਣੇ ਆਪ 'ਚ ਪੰਕਤੀ ਸਬੂਤ ਹੈ। ਉਹਨਾਂ ਨੇ ਉੱਥੇ ਵਿਚਾਰਧਾਰਾ ਦਾ ਵੀ ਮਤਲਬ ਕਿ ਜਿਹੜੀ ਹੁਣ ਆਪਾਂ ਗੱਲ ਕਰਦੇ ਵੀ ਉਹ ਉਹਨਾਂ ਦੀ ਪੰਕਤੀ ਹੈ। ਉੱਥੇ ਇਹੋ ਜਿਹਾ ਕੁਝ ਲਿਖਿਆ ਹੋਇਆ ਹੈ ਹਰ ਪੰਨੇ 'ਤੇ ਜਿਹੜਾ ਕੇਵਲ ਦਸਮ ਪਾਤਸ਼ਾਹ ਹੀ ਲਿਖ ਸਕਦੇ ਨੇ। ਵਿਚਾਰਧਾਰਾ ਨੂੰ ਜਨਰਲ ਵਾਲੇ ਲਿਖ ਸਕਦਾ, ਦੂਆ ਵਿਦਵਾਨ ਤਾਂ ਲਿਖ ਹੀ ਨਹੀਂ ਸਕਦਾ। ਉਹ ਗੱਲ ਕਈ ਨਾ ਥੋੜੇ ਜਿਹੇ ਲਿਖਤਾਂ ਮਿਲਦੀਆਂ ਹੀ ਨਹੀਂ ਕਿਤੇ। ਥੋੜੇ ਜਿਹੇ ਫਰਕ ਤੇ ਦੂਜਾ ਗ੍ਰੰਥ ਦਿਖਾਓ ਉਹ ਬਾਣੀ ਦੀ ਪੰਕਤੀ ਹੋਈ ਹੈ। ਉਹ ਥੋੜਾ ਜਿਹਾ ਫਰਕ ਪਾ ਕੇ, ਥੋੜਾ ਜਿਹਾ ਫਰਕ, ਜਾਣੀ ਜਾਣ ਸੋ ਤੋਂ ਵੱਡਾ ਹੁੰਦਾ ਹੈ। ਸੇਮ ਹੋਰੇ ਦੋ ਤਿੰਨ ਦੋਹਰੇ ਥੋੜਾ ਜਿਹਾ। ਹਰ ਪੰਨੇ ਦੇ ਉੱਤੇ ਕੁਝ ਨਾ ਕੁਝ, ਹਰ ਪੰਨੇ ਦੇ ਉੱਤੇ ਕੁਝ ਨਾ ਕੁਝ ਐਸਾ ਪਿਆ ਜਿੱਦੋਂ ਇਹ ਸਾਬਤ ਹੁੰਦਾ ਇਹ ਭਗਤੀ ਗੁਰਮਤਿ ਦੇ ਜਾਣੂ ਦੀ ਲਿਖੀ ਹੋਈ ਹੈ। ਜਿਹਨੂੰ ਪੂਰੀ ਸੋਚੀ ਗੁਰਮਤਿ ਹਰ ਪੰਨੇ ਤੇ ਨਾਲ। ਇੱਕ ਚਰਿੱਤਰ ਉੱਥੇ ਜਿਹੜਾ ਹੈ ਰਾਜੇ ਨਾਲ, ਜਿਹੜੀ ਜੋਗੀ, ਜਿਹੜਾ ਰਾਜਾ ਜੋਗੀ ਬਣਨ ਜਾਂਦਾ ਉਹਦੀ ਘਰ ਵਾਲੀ ਰੋਕਦੀ ਹੈ। ਉਹ ਤਿੰਨ ਮੱਤਾਂ ਇਕੱਠੀਆਂ ਖੜੀਆਂ ਕੀਤੀਆਂ ਉੱਥੇ। ਤਿੰਨ ਮੱਤਾਂ ਇਕੱਠੀਆਂ ਦਿੰਦੀਆਂ ਵੀ ਗੁਰਮਤਾ ਵੀ ਬ੍ਰਹਮ ਗਿਆਨ ਉਹ ਜੋਗੀ ਵੀ ਕਰਾ ਕੇ ਗਿਆ। ਉਹ ਬ੍ਰਹਮ ਗਿਆਨ 'ਚ ਕੀ ਕੱਚ ਹੈ? ਉੱਥੇ ਕਈ ਹੈ ਕੁਛ ਹਲਿਆ। ਤਿੰਨੇ ਮੱਤਾਂ ਦਿਖਾਈਆਂ ਨੇ ਉੱਥੇ ਇਕੱਠੀਆਂ। ਉਹ ਤਾਂ ਜਵਾਬ ਦੇ ਰਹੀ ਹੈ ਵੀ ਤੂੰ ਮੰਨ ਕੇ ਵੀ ਜੇ ਛੱਡ ਕੇ ਜਾਏਗਾ। ਉਹ ਕਹਿ ਰਿਹਾ ਵੀ ਮੰਨ ਕੇ ਵੀ ਮੂਤਰ ਭਾਗ ਅੱਗੇ ਕਰਦੇ ਖਾਣਾ। ਜਦੋਂ ਜੋ ਡਿਬੇਟ ਉਹਨਾਂ ਦੀ ਚੱਲਦੀ ਹੈ ਮੂਤਰ ਭਾਗ ਵੀ ਥੋਕੇ ਚੱਟ ਕੇ ਮੂੰਹ ਕਹਿੰਦੇ ਉਹ ਅੰਮ੍ਰਿਤ ਹੈ, ਅੰਮ੍ਰਿਤ ਹੈ। ਉਹ ਮੱਤ ਦਾ ਉਹ ਡਿਸਕਸ ਦਿਖਾਈ ਹੈ। ਉੱਧਰ ਜਦ ਉਹ ਜਨਾਨੀ ਰਾਣੀ ਬਾਜ ਬੋਲਦੀ ਹੈ, ਰਾਣੀ ਬਾਜ ਕਹਿ ਰਹੀ ਹੈ ਵੀ ਉੱਥੇ ਵੀ ਜਿਹੜੇ ਰਿਸ਼ੀ ਵੀ ਹੋਏ, ਤੁਸੀਂ ਕਹਿੰਦੇ ਹੋ ਵੀ ਬ੍ਰਹਮ ਗਿਆਨ ਜਿਹਨਾਂ ਨੂੰ ਹੋਇਆ ਵੀ ਰਿਸ਼ੀ ਵੀ ਤਾਂ ਇੱਥੇ ਹੀ ਪੈਦਾ ਹੋਏ ਨੇ। ਜਾਨੀ ਉਹ ਸਾਰੀ ਡਿਬੇਟ ਉਹਨਾਂ ਬ੍ਰਹਮ ਦੀ ਗੱਲ ਕਰ ਰਹੀ ਹੈ। ਇਹ ਪਤਾ ਨਹੀਂ ਕਿਸ ਐਂਗਲ ਤੋਂ ਪੜ੍ਹਦੇ ਨੇ। ਅਸਲ ਪੜ੍ਹਦੇ ਹੀ ਨਹੀਂ ਹੋਣੇ। ਬ੍ਰਹਮ ਗਿਆਨ 'ਚ ਵੀ ਪੜ੍ਹਨਾ ਸਾਨੂੰ ਹੁੰਦਾ ਹੀ ਨਹੀਂ। ਬ੍ਰਹਮ ਗਿਆਨੀ ਬ੍ਰਹਮ ਗਿਆਨ ਕਰਾ ਕੇ ਗਿਆ ਜੋਗੀ ਜਿਹਨੂੰ ਕਹਿੰਦਾ ਵੀ ਉਹ ਐਂ ਕਹਿ ਗਿਆ। ਉਹ ਜਿਹੜੇ ਉਹਦੇ ਬ੍ਰਹਮ ਗਿਆਨ 'ਚ ਕੱਚ ਹੈ ਜੋਗੀ ਵਾਲੇ, ਜੋ ਵੀ ਉੱਥੇ ਦਿਖਾਤੀ। ਕਿਉਂਕਿ ਉਹਦਾ ਉਹ ਬ੍ਰਹਮ ਗਿਆਨ ਫਸ ਗਿਆ ਜਾ ਕੇ। ਉਹਨੇ ਫਿਰ ਮਹਿਲ ਪਵਾਤਾ ਜਾ ਕੇ ਜੰਗਲ 'ਚ। ਜੋਗੀ ਉੱਪਰ ਵਾੜ ਉਹਦਾ ਬੰਦਾ। ਉਹੀ ਕਬੀਰ ਕਹਿ ਰਿਹਾ ਹੈ ਤਾਕੋ ਬੜੋ ਭਾਗ ਵੈਰਾਗੀ ਬੰਧਨ ਕਰੇ ਜਾ ਕੇ ਜੰਗਲ 'ਚ ਮਹਿਲ ਪਵਾਤਾ। ਫਿਰ ਪਵਾਤਾ ਉਹ ਬ੍ਰਹਮ ਗਿਆਨ ਤੋਂ ਕੱਚ ਕੇ ਦਿਖਾਤਾ। ਕਬੀਰ ਦੀ ਗੱਲ ਜਿਹੜੀ